ਕੀ ਕਾਰਨ ਕੀ ਦੱਸਿਆ ਉਹਨਾਂ ਨੇ? ਦੇਖੋ ਮੈਂ ਉਹਨਾਂ ਨੂੰ ਮਿਲਿਆ ਹੁਣੇ, ਆਪਣੇ ਪਰਿਵਾਰ ਨੇ, ਔਰ ਉਹ ਤਿੰਨੋਂ ਜਾਣੇ, ਦੋ ਜੈਂਟਸ ਸੀ, ਇੱਕ ਦੀ ਦੋਵੇਂ ਭਰਾ ਅਤੇ ਇੱਕ ਉਹਨਾਂ ਦੀ ਇੱਕ ਦੀ ਵਾਈਫ ਸੀ, ਜਿਹੜੀ ਕਿ ਬਾਹਰਲੇ ਮੂਲ ਦੀ ਵਸਨੀਕ ਹੈ, ਔਰ ਉਹ ਘੁੰਮਣ ਫਿਰਨ ਲਈ ਗਏ। ਆਮ ਹੀ ਜਾਂਦੇ ਨੇ ਸਾਡੇ ਡਲਹੌਜ਼ੀ, ਔਰ ਪਹਾੜੀਆਂ 'ਚ ਇਸ ਵੇਲੇ ਗਰਮੀ ਹੋਈ ਹੈ ਥੱਲੇ, ਅਤੇ ਸਾਰੇ ਉੱਧਰ ਨੂੰ ਜਾਂਦੇ ਨੇ ਪੰਜਾਬ ਦੇ ਤਕਰੀਬਨ ਲੋਕ, ਔਰ ਉੱਥੇ ਕੁਛ ਸ਼ਰਾਰਤੀ ਲੋਕਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਹੈ, ਔਰ ਇਹਨਾਂ ਨੂੰ ਮਾੜਾ ਚੰਗਾ ਬੋਲਿਆ, ਔਰ ਉਹਨਾਂ ਦੇ ਮੁਤਾਬਕ ਉਹਨਾਂ ਨੇ ਕੰਗਣਾ ਦਾ ਨਾਂ ਲਾ ਕੇ ਕਿਹਾ ਵੀ ਆਹ ਉਹਨਾਂ ਨਾਲ ਕੀਤਾ ਤਾਂ ਅਸੀਂ ਤੁਹਾਡੇ ਨਾਲ ਕੀਤਾ, ਜੋ ਕਿ ਬਹੁਤ ਮੰਦਭਾਗੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਮੈਂ ਮੁੱਖ ਮੰਤਰੀ ਹਿਮਾਚਲ ਤੋਂ ਮੰਗ ਕਰਦਾ ਕਿ ਇਮੀਡੀਏਟਲੀ, ਮੈਂ ਕੋਸ਼ਿਸ਼ ਵੀ ਕਰ ਰਿਹਾ ਉਹਨਾਂ ਨਾਲ ਗੱਲ ਕਰਨ ਦੀ, ਅਜੇ ਤੱਕ ਹੋਈ ਨਹੀਂ ਮੇਰੀ, ਅਤੇ ਮੈਂ ਉਹਨਾਂ ਨਾਲ ਇਮੀਡੀਏਟਲੀ ਗੱਲ ਕਰਕੇ ਅਤੇ ਉਹਨਾਂ 'ਤੇ ਐਕਸ਼ਨ ਲੈਣ, ਔਰ ਪਰਚਾ ਦਰਜ ਕਰਕੇ ਉਹਨਾਂ 'ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹਨਾਂ ਦਿਨਾਂ 'ਚ ਅਮੂਮਨ ਬਹੁਤ ਵੱਡੀ ਤਾਦਾਦ 'ਚ ਪੰਜਾਬੀ ਉੱਥੇ ਜਾਂਦੇ ਆ, ਪਰ ਜਿਸ ਤਰ੍ਹਾਂ ਦੀ ਇਹ ਸ਼ੁਰੂਆਤ ਹੋਈ ਹੈ, ਲੱਗਦਾ ਕਿ ਆਉਣ ਵਾਲੇ ਸਮੇਂ 'ਚ ਦੁਬਾਰਾ ਐਸੀ ਘਟਨਾ ਨਾ ਵਾਪਰੇ, ਉਸ ਰੋਕ ਲਗਾ? ਮਾੜੇ ਬੰਦੇ ਹਰ ਜਗ੍ਹਾ ਹੀ ਹੁੰਦੇ ਨੇ, ਉੱਥੇ ਵੀ ਮਾੜੇ ਬੰਦੇ ਹੈਗੇ ਨੇ, ਉੱਥੇ ਵੀ ਮਾੜੇ ਬੰਦੇ ਜਿਹੜੇ ਇਹੋ ਜਿਹੀ ਹਰਕਤ ਕੀਤੀ ਹੈ, ਕਿਉਂਕਿ ਪੰਜਾਬੀ ਤਾਂ ਬਹੁਤ ਜਾ ਰਿਹਾ, ਜੇ ਅੱਜ ਨਹੀਂ ਜਾ ਰਹੇ, ਅੱਜ ਉਹਨਾਂ ਦੀ ਗਰਮੀ ਉਹਨਾਂ ਦੀ ਜਾ ਰਹੀ, ਪਰ ਇਹੋ ਜਿਹੀ ਘਟਨਾ ਹੋਈ ਨਹੀਂ ਸੀ, ਇਹ ਪਹਿਲੀ ਘਟਨਾ ਜਿਹੜੀ ਹੈ ਵਾਪਰੀ ਹੈ। ਸੋ ਮੇਰਾ ਇਹ ਕਹਿਣ ਦਾ ਮਤਲਬ ਹੈ ਵੀ ਜਦੋਂ ਵੀ ਅਸੀਂ ਕਿਸੇ ਕੋਈ ਵੀ ਘਟਨਾ ਵਾਪਰਦੀ ਹੈ, ਸਾਨੂੰ ਸੈਕੁਲਰ ਹੋ ਕੇ ਸੋਚਣਾ ਚਾਹੀਦਾ, ਜਦੋਂ ਕਿਸੇ ਵਰਗਾਂ ਦੀ ਰਾਜਨੀਤੀ ਕਰਾਂਗੇ, ਧਰਮਾਂ ਦੀ ਰਾਜਨੀਤੀ ਕਰਾਂਗੇ, ਫਿਰ ਅਜਿਹੀਆਂ ਘਟਨਾਵਾਂ ਨੂੰ ਜਿਹੜੇ ਕੁਛ ਮਾੜੇ ਲੋਕ ਨੇ, ਜਿਹੜੇ ਮਾੜੇ ਤੰਤਰ ਨੇ, ਉਹ ਅੰਜਾਮ ਦਿੰਦੇ ਨੇ। ਇਹ ਵੀ ਸਮਝੋ ਕਿ ਸਿਆਸਤਦਾਨਾਂ ਨੂੰ ਵੀ ਸੋਚ ਸਮਝ ਕੇ ਕੋਈ ਟਵੀਟ? ਦੇਖੋ ਸਿਆਸਤਦਾਨਾਂ ਨੂੰ ਬਿਲਕੁਲ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ, ਸਮਾਜ ਤੇ ਬਹੁਤ ਬੁਰਾ। ਬਿਲਕੁਲ, ਕੰਗਣਾ ਨੇ ਜੇ ਉਹਦੇ ਨਾਲ ਵਾਪਰੀ ਸੀ, ਚਲੋ ਉਹ ਇੱਕ ਉਹਦਾ ਫਰਸਟ੍ਰੇਸ਼ਨ ਸੀ, ਉਹਦੀ ਮਦਰ ਬੈਠੀ ਸੀ, ਉਹ ਮਾੜੀ ਚੰਗੀ ਉਹਦੇ ਗੱਲ 'ਚ ਆਈ। ਇਹੋ ਜਿਹੀਆਂ ਘਟਨਾਵਾਂ ਬੜੇ ਦੇਸ਼ 'ਚ ਬੜੇ ਮੁੱਖ ਮੰਤਰੀ ਲੈਵਲ ਦੇ ਬੰਦਿਆਂ ਨਾਲ ਵੀ ਵਾਪਰੀਆਂ ਨੇ, ਕੇਜਰੀਵਾਲ ਸਾਹਿਬ ਨਾਲ ਵਾਪਰੀ ਸੀ, ਫਿਰ ਸ਼ਰਦ ਪਵਾਰ ਜੀ ਨਾਲ ਵਾਪਰੀ ਸੀ, ਕਿੰਨੀਆਂ ਘਟਨਾਵਾਂ ਨੇ, ਬਾਦਲ ਸਾਹਿਬ 'ਤੇ ਵੀ ਇੱਕ ਵਾਰੀ ਜੁੱਤੀ ਸੁੱਟਤੀ ਸੀ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨੂੰ ਕਿਸੇ ਵਰਗਣਾ ਸਾਰਾ ਵਰਗ ਹੀ ਮਾੜਾ ਹੋ ਜਾਂਦਾ। ਸੋ ਉਹਨੇ ਜਦੋਂ ਬਿਆਨ ਦਿੱਤਾ, ਇੱਧਰੋਂ ਵੀ ਰਿਐਕਸ਼ਨ ਹੋਇਆ, ਉਦੋਂ ਵੀ ਮੈਂ ਕਹਿੰਦਾ ਸੀਗਾ ਜਿਹੜੀ ਸੈਲੀਬ੍ਰੇਸ਼ਨ ਹੁੰਦੀ ਕਿਸੇ ਗੱਲ ਦੀ, ਉਹ ਮਾੜੀ ਹੁੰਦੀ ਹੈ, ਉਹ ਮਾੜੇ ਤੰਤਰ ਨੂੰ ਆਪਾਂ ਮਤਲਬ ਚੜਾਉਂਦੇ ਹਾਂ, ਅਤੇ ਉਹ ਫਿਰ ਇਹੋ ਜਿਹੀਆਂ ਘਟਨਾ ਦਾ ਕਿਤੇ ਨਾ ਕਿਤੇ ਇਲਜ਼ਾਮ ਨਿਕਲਦਾ। ਸੋ ਮੈਂ ਉਹੀ ਗੱਲ ਕਹਿਣ ਲੱਗਾ, ਉੱਥੇ ਉਹਦਾ ਹੀ ਅਸਰ ਜਿਹੜਾ ਵਾ, ਮੁੜ ਕੇ ਉੱਥੇ ਰਿਐਕਸ਼ਨ ਹੁੰਦਾ, ਮਾੜੇ ਬੰਦੇ ਉੱਥੇ ਇਕੱਠੇ ਹੋਣਗੇ, ਕਿਉਂਕਿ ਸਾਰੇ ਹਿਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ, ਹਿਮਾਚਲ 'ਚ ਬਹੁਤ ਲੋਕ ਜਾ ਰਹੇ ਨੇ, ਔਰ ਬਹੁਤ ਲੋਕ ਉੱਥੇ ਮਤਲਬ ਅੱਜ ਵੀ ਛੁੱਟੀਆਂ ਕੱਟ ਰਹੇ ਨੇ, ਅੱਜ ਵੀ ਲੋਕ ਉੱਥੇ ਨੇ, ਪਰ ਮੈਂ ਸਾਰਿਆਂ ਨੂੰ ਕਹੂੰ ਇਹਨੂੰ ਮੀਡੀਆ ਰਾਹੀਂ ਇਹਦੇ ਨਾਲ ਇੰਨਾ ਜੋੜ ਕੇ ਨਾ ਵੇਖਿਆ ਜਾਵੇ, ਇਹਤੇ ਸਖ਼ਤ ਐਕਸ਼ਨ ਲਿਆ ਜਾਵੇ। ਮੈਂ ਕੰਗਣਾ ਰਣੌਤ ਨੂੰ ਵੀ ਕਹੂੰਗਾ, ਉਹ ਮੈਂਬਰ ਪਾਰਲੀਮੈਂਟ ਨੇ ਹੁਣ, ਉਹ ਸਟਾਰ ਨੀਗੇ, ਉਹ ਅੱਗੇ ਆਉਣ, ਅੱਗੇ ਆ ਕੇ ਸਗੋਂ ਇਹਦੀ ਕਾਰਵਾਈ ਕਰਾਉਣ, ਤਾਂ ਕਿ ਸਾਡੀਆਂ ਸਾਂਝਾਂ ਵਧਣ, ਸਾਡੀਆਂ ਕੱਟਣ ਨਾ। ਇਹਦੇ 'ਚ ਨਫ਼ਰਤ ਵਾਲੀ ਗੱਲ ਕੋਈ ਨਹੀਂ ਗੀ, ਇਹਦੇ 'ਚ ਪੋਲੀਟੀਕਲ ਬੰਦੇ ਨੂੰ ਇੱਕ ਪੁੱਲ ਦਾ, ਬ੍ਰਿਜ ਦਾ ਰੋਲ ਅਦਾ ਕਰਨਾ ਚਾਹੀਦਾ। ਹਿਮਾਚਲ ਪੁਲਿਸ ਨੂੰ ਪੂਰੀ ਜਾਂਚ ਕਰਕੇ ਇਸ ਮਾਮਲੇ ਦੇ ਬਾਰੇ ਸਪਸ਼ਟ ਕਰਨਾ ਚਾਹੀਦਾ ਕਿ ਆਖਿਰਕਾਰ ਵਜ੍ਹਾ ਕੀ ਰਹੀ। ਦੇਖੋ ਉੱਥੇ ਜੇ ਉਹਨਾਂ ਸੱਟਾਂ ਲੱਗੀਆਂ ਨੇ, ਸੱਟਾਂ ਦਾ ਤਾਂ ਪਰਚਾ ਦਰਜ ਹੋਣਾ ਚਾਹੀਦਾ, ਜਾਂਚ ਦਾ ਕੰਮ ਤਾਂ ਬਾਅਦ ਦੀ ਗੱਲ ਹੈ, ਪਹਿਲਾਂ FIR ਦਰਜ ਕਰਕੇ ਉਹਨਾਂ 'ਤੇ ਕਾਰਵਾਈ ਕਰਨ, ਔਰ ਜਿਹੜੇ ਬੰਦੇ ਲੋਕ ਨੇ, ਕਿਉਂਕਿ ਅਸੀਂ ਸਾਰੇ ਹਿਮਾਚਲ ਨੂੰ ਮਾੜਾ ਨਹੀਂ ਕਹਿ ਸਕਦੇ, ਹਿਮਾਚਲੀਆਂ ਨੂੰ ਮਾੜਾ ਨਹੀਂ ਕਹਿ ਸਕਦੇ, ਸਾਡੇ ਇੱਥੇ ਬਹੁਤ ਚੰਗੇ ਮੁੰਡੇ 20-30 ਸਾਲ ਦੇ ਕੰਮ ਕਰਦੇ ਨੇ, ਪਰ ਜਿਹੜੇ ਮਾੜੇ ਤੰਤਰ ਨੇ, ਉਹ ਉਹਨਾਂ ਨੂੰ ਪਹਿਚਾਣ ਕਰਕੇ ਉਹਨਾਂ ਨੂੰ ਸਜ਼ਾ ਦੇਣ।